ਕੈਲੀਫੋਰਨੀਆ ਦੇ ਗਵਰਨਰ ਨੇ 130 ਮਿਲੀਅਨ ਡਾਲਰ ਦਿੱਤੇ ਆ 18 ਸ਼ਹਿਰਾਂ ਦੀ ਸਾਫ ਸਫਾਈ ਕਰਨ ਵਾਸਤੇ ਇਹ ਅਲੱਗ ਤਰ੍ਹਾਂ ਦੀ ਸਾਫ ਸਫਾਈ ਕਰਨ ਵਾਸਤੇ ਕਿਹਾ ਜੀ ਕਿਹੜੀ ਤਰ੍ਹਾਂ ਦੀ ਅਲੱਗ ਤਰ੍ਹਾਂ ਦੀ ਸਫਾਈ ਇਹਨਾਂ ਨੇ ਸਾਫ਼ ਕਰਾਉਣੀ ਹੈਗੀ ਆ ਲੋਕਾਂ ਤੋਂ ਜੀ ਹਾਂਜੀ ਬ੍ਰਾਡਰ ਸਾਹਿਬ ਇਹ ਸਫਾਈ ਥੋੜੀ ਜੀ ਦੂਸਰੀ ਕਿਸਮ ਦੀ ਹੈ ਆਪਾਂ ਜੂਨ ਮਹੀਨੇ ਤੋਂ ਹੀ ਖਬਰਾਂ ਸੁਣ ਰਹੇ ਆ ਕਿ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਹੋਰ ਹੀ ਬੜਾ ਪ੍ਰੋਐਕਟਿਵਲੀ ਹੋਮਲੈਸ ਇਨ ਕੈਂਪਮੈਂਟਸ ਨੂੰ ਕਲੀਅਰ ਕਰਵਾ ਰਹੇ ਨੇ ਸੋ ਇਸ ਕੰਮ ਦੇ ਲਈ ਇਹਨਾਂ ਨੇ ਬ੍ਰਾਟਸਾ ਬਿਲੀਅਨਸ ਆਫ ਡਾਲਰ ਦਾ ਜਿਹੜਾ ਬੈਕਟ ਰੱਖਿਆ ਉਹਦੇ ਵਿੱਚੋਂ ਇੱਕ ਫੰਡਿੰਗ ਦੀ ਰਾਸ਼ੀ ਹੋਰ ਅਪਰੂਵ ਕਰ ਦਿੱਤੀ ਹੈ ਇਹ ਅਮਾਉਂਟ 130.7 ਮਿਲੀਅਨ ਯੂ ਐਸ ਡਾਲਰ ਬਣਦੇ ਹੈਗੇ ਆ ਇਹ ਅਮਾਉਂਟ ਹੈ ਜੀ 18 ਸਿਟੀਜ਼ ਨੂੰ ਡਿਸਬਰਸ ਕੀਤਾ ਜਾਊਗਾ ਜੀ ਦੇ ਵਿੱਚ ਲਾਸ ਐਂਜਲਸ ਸੈਨ ਬਰਨਾਰਡੀਨੋ ਸੈਕਰਾਮੈਂਟੋ ਪਾਸਾ ਦੇਣਾ ਰਿਵਰਸਾਈਡ ਆਦ ਵਰਗੀਆਂ ਹੋਰ ਸਿਟੀਜ਼ ਦੇ ਵਿੱਚ ਜਿਹੜੇ ਇਲਾਕੇ ਹੈਗੇ ਆ ਸ਼ਹਿਰਾਂ ਦੇ ਉਨ੍ਹਾਂ ਦੇ ਵਿੱਚ ਇਹ ਅਮਾਉਂਟ ਦਿੱਤਾ ਜਾਊਗਾ ਤੇ ਜਿਸ ਤੋਂ ਬਾਅਦ ਲੋਕਲ ਗਵਰਨਮੈਂਟਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਟਾਰਗੇਟ ਦਿੱਤਾ ਜਾਣਾ ਕਿ ਭਾਈ ਵੱਧ ਤੋਂ ਵੱਧ ਜਿਹੜੇ ਲੋਕ ਹੈਗੇ ਐ ਹੋਮਲੈਸ ਇਨ ਕੈਂਪਮੈਂਟਸ ਦੇ ਵਿੱਚ ਰਹਿੰਦੇ ਐ ਉਹਨਾਂ ਨੂੰ ਇਹਨਾਂ ਇਨ ਕੈਂਪਮੈਂਟਸ ਦੇ ਵਿੱਚੋਂ ਕੱਢਿਆ ਜਾਵੇ ਇਨ ਕੈਂਪਮੈਂਟਸ ਕਲੀਅਰ ਕਰਵਾਈਆਂ ਜਾਣ ਸਭ ਤੋਂ ਵੱਧ ਫੰਡਿੰਗ ਮਿਲੀ ਹੈ ਜੀ ਲਾਸ ਐਂਜਲਸ ਕਾਉਂਟੀ ਨੂੰ ਇਹਨਾਂ ਨੂੰ ਆਲਮੋਸਟ 11.3 ਮਿਲੀਅਨ ਯੂएस ਡਾਲਰ ਮਿਲੇ ਹੈਗੇ ਐ ਇਹ ਫੰਡਿੰਗ ਫਰਾਈਡੇ ਨੂੰ ਅਪਰੂਵ ਹੋਈ ਹੈ ਇਸ ਫੰਡਿੰਗ ਦਾ ਪ੍ਰਾਈਮ ਫੋਕਸ ਹੈਗਾ ਅਨ ਹਾਊਸਡ ਰੈਸੀਡੈਂਟਸ ਆ ਜਿਹੜੇ ਜਿਹੜੇ ਡੇਂਜਰਸ ਇਨ ਕੈਂਪਮੈਂਟਸ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਉੱਥੋਂ ਕੱਢ ਕੇ ਸਟੇਟ ਐਡੇਡ ਹਾਊਸਿੰਗ ਯੂਨਿਟਸ ਦੇ ਵਿੱਚ ਭੇਜਿਆ ਜਾਵੇ ਨਾਲ ਦੀ ਨਾਲ ਇਹਨਾਂ ਨੂੰ ਟਰਾਂਸਪੋਰਟ ਦੇ ਨਾਲ ਟਰਾਂਜੀਸ਼ਨਲ ਸਪੋਰਟ ਵੀ ਦਿੱਤੀ ਜਾਵੇ ਇਹ ਮਨੀ ਵਾਟਸਐਪ ਪਹਿਲਾਂ ਨਾਲੋਂ ਵੀ ਵੱਧ ਸਟ੍ਰਿਕਟ ਅਕਾਉਂਟੇਬਿਲਟੀ ਦੇ ਨਾਲ ਲੋਕਲ ਗਵਰਨਮੈਂਟਸ ਤੱਕ ਪਹੁੰਚਣੀ ਹੈ ਇਹਦੇ ਨਾਲ ਬਹੁਤ ਹਾਰਡ ਸੈਟ ਆਫ ਰੂਲ ਰੱਖੇ ਗਏ ਆ ਮਨੀ ਐਕਸੈਪਟ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਜਿੰਨੇ ਵੀ ਸਟੇਟ ਦੇ ਹੋਮਲੈਸ ਲਾਅ ਆ ਉਹਨਾਂ ਉਹ ਸਾਰੇ ਲਾਅਜ਼ ਉਹਨਾਂ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਇਹਨਾਂ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਜਿੰਨੇ ਪ੍ਰੀ ਐਸਟੈਬਲਿਸ਼ਡ ਹਾਊਸਿੰਗ ਪਲਾਨਸ ਆ ਉਹਨਾਂ ਦੇ ਨਾਲ ਕੰਪਲਾਈ ਕਰਨਾ ਜ਼ਰੂਰੀ ਹੈ ਜੇ ਕੋਈ ਵੀ ਲੋਕਲ ਗਵਰਨਮੈਂਟ ਅਜਾਇਆ ਕਰਨ ਦੇ ਵਿੱਚ ਫੇਲ ਹੋਊਗੀ ਤਾਂ ਉਹ ਜਿਹੜੀ ਫੰਡਿੰਗ ਉਹਨੂੰ ਮਿਲੀ ਹੈ ਉਹ ਸਾਰੀ ਲੂਜ਼ ਹੋ ਜਾਊਗੀ ਨਿਊਜ਼ ਅਮੋਰ ਨੇ ਸਟੇਟਮੈਂਟ ਦੇ ਵਿੱਚ ਇਹ ਵੀ ਕਿਹਾ ਕਿ ਜਿਹੜੀਆਂ ਡੇਂਜਰਸ ਇਨ ਕੈਂਪਮੈਂਟਸ ਆ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਕੱਢਣਾ ਇਹਨਾਂ ਲੋਕਾਂ ਦੀ ਕੇਅਰ ਕਰਨੀ ਲੋਕਾਂ ਨੂੰ ਕਨੈਕਟੀਵਿਟੀ ਪ੍ਰੋਵਾਈਡ ਕਰਨੀ ਸਾਡੇ ਲਈ ਮੋਸਟ ਇੰਪੋਰਟੈਂਟ ਤੇ ਮੋਸਟ ਅਰਜੈਂਟ ਵਰਕ ਹੈ ਨਿਊਜ਼ਮ ਹੋਰਾਂ ਨੇ ਕਿਹਾ ਕਿ ਇਸ ਕੰਮ ਦੇ ਲਈ ਮੈਂ ਟੋਟਲ 27 ਬਿਲੀਅਨ ਯੂ ਐਸ ਡਾਲਰ ਖਰਚਨੇ ਆ ਇਦਾਂ ਹੀ ਬ੍ਰਾਟ ਸਾਹਿਬ ਕਦੇ 100 ਮਿਲੀਅਨ ਕਦੇ 1 ਸਵਾ 100 ਮਿਲੀਅਨ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ 27 ਬਿਲੀਅਨ ਦਾ ਅੰਕੜਾ ਹੈਗਾ ਮੈਂ ਚਾਹੁੰਦਾ ਕਿ ਲੋਕਲ ਗਵਰਨਮੈਂਟ ਇੰਨੀ ਕੁ ਤੰਦਹੀ ਦੇ ਨਾਲ ਕੰਮ ਕਰਨ ਕਿ ਪਤਾ ਲੱਗੇ ਕਿ ਹਾਂ ਵਾਕਈ 27 ਬਿਲੀਅਨ ਯੂ ਐਸ ਡਾਲਰ ਖਰਚੇ ਗਏ ਹੈ ਜੀ ਬ੍ਰਾਟ ਸਾਹਿਬ ਬਿਲਕੁਲ ਹਰ ਸੁਖ ਸਿੰਘ ਜੀ ਆਪਾਂ ਹਰ ਵਾਰੀ ਡਿਸਕਸ਼ਨ ਕਰਦੇ ਆਂ ਵੀ ਸਾਫ ਸਫਾਈ ਕਰਕੇ ਭੇਜਣਗੇ ਕਿੱਥੇ ਜੰਗਲਾਂ-ਜੁਗਲਾਂ 'ਚ ਭੇਜ ਦੇਣਗੇ ਇਹਨਾਂ ਨੂੰ ਜੀ ਬਿਲਕੁਲ ਵਟਸਐਪ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਟੇਟ ਐਡਿਡ ਹਾਊਸਿੰਗ ਯੂਨਿਟਸ ਜਿਹੜੀਆਂ ਆ ਉਹ ਅੰਡਰ ਕੰਸਟਰਕਸ਼ਨ ਹੈਗੀਆਂ ਕੁਝ ਬਣ ਰਹੀਆਂ ਕੁਝ ਅੱਗੇ ਵੀ ਬਨਣਗੀਆਂ ਇਹਨਾਂ ਦਾ ਮਤਲਬ ਇਹੀ ਆ ਕਿ ਜਿੱਥੇ-ਜਿੱਥੇ ਲੋਕ ਖੁਦ ਵੀ ਡੇਂਜਰ ਦੇ ਵਿੱਚ ਹੈਗੇ ਆ ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਵੈਦਰ ਆ ਉਹ ਕਦੇ ਤਾਂ ਐਕਸਟ੍ਰੀਮ ਗਰਮ ਹੁੰਦੇ ਆ ਕਦੇ ਐਕਸਟ੍ਰੀਮ ਠੰਡੇ ਹੁੰਦੇ ਆ ਸੋ ਜੇ ਕੋਈ ਹਾਊਸਿੰਗ ਇਦਾਂ ਦੀਆਂ ਹੋਮਲੈਸ ਇਨ ਕੈਂਪਮੈਂਟ ਦੇ ਵਿੱਚ ਰਹਿੰਦਾ ਆਪਣੀ ਜਾਨ ਤਾਂ ਉਹਦੀ ਖਤਰੇ 'ਚ ਹੈਗੀ ਹੈਗੀ ਹੈ ਇਹ ਮੰਨਦੇ ਆ ਕਿ ਹੋਰਾਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਉੱਥੋਂ ਕੱਢ ਕੇ ਜਿਹੜੀਆਂ ਸਟੇਟ ਐਡਿਡ ਹਾਊਸਿੰਗ ਯੂਨਿਟਸ ਆ ਉਹ ਬਣਾ ਕੇ ਇਹਨਾਂ ਨੂੰ ਉੱਥੇ ਭੇਜਿਆ ਜਾਊਗਾ ਤਾਂ ਕਿ ਆਪਣੇ ਆਪ ਨੂੰ ਵੀ ਇਹ ਸੁਰੱਖਿਅਤ ਰੱਖਣ ਤੇ ਬਾਕੀ ਜਿਹੜੇ ਕੰਮਕਾਰਾਂ ਦੇ ਉੱਤੇ ਜਾਂਦੇ ਆ ਉਹਨਾਂ ਲਈ ਵੀ ਕੋਈ ਖਤਰਾ ਨਾ ਬਣਨ